ਲੈ ਵੀ ਸੱਜਣੋ ਹਾਜ਼ਰਾ ਅੱਜ ਕਈ ਦਿਨਾਂ ਬਾਅਦ ਤੁਹਾਡੇ ਖਾਤਰ ਵੀਡੀਓ ਲੈ ਕੇ ਕਿ ਇੱਕ ਤਾਂ ਗਰਮੀ ਵਾਲੀ ਆ ਕਿਤੇ ਮੀਂਹ ਮੂੰਹ ਆ ਜਾਂਦਾ ਹੈ ਨਾ ਅਤੇ ਟਾਈਮ ਨਹੀਂ ਯਾਰ ਲੱਗਦਾ ਵੀਡੀਓ ਬਣਾਉਣ ਦਾ। ਹੁਣ ਮੈਂ ਮਾਂਜਾ ਮੂੰਜਾ ਜਿਹਾ ਮਾਰ ਕੇ ਹਟਿਆ ਸੀ ਸੰਨੀ ਤੋਂ ਪਹਿਲਾਂ ਅਤੇ ਮਹਾਂ ਚਲੋ ਵੀ ਵੀਡੀਓ ਬਣਾ ਲਈਏ ਹੈ ਨਾ ਆਪਣੇ ਪਸ਼ੂਆਂ ਦੀ। ਜਿਵੇਂ ਮੈਂ ਮੰਡੀ ਤੋਂ ਪਹਿਲਾਂ ਵੀਡੀਓ ਪਾਈ ਸੀ ਵੀ ਜੇ ਮੈਸ ਲਈ ਤਾਂ ਦਿਖਾਵਾਂਗੇ ਤੁਹਾਨੂੰ, ਸੋ ਆਪਾਂ ਮੈਸ ਲੈ ਲਈ ਸੀ ਹੈ ਨਾ ਗੱਬਣ ਤੁਹਾਨੂੰ ਦਿਖਾਉਣੇ ਆ। ਮੈਂ ਸ਼ੋਰਟ ਰੀਲ ਵੀ ਪਾਈ ਸੀ ਗਾਣਾ ਜਿਹਾ ਲਾ ਕੇ ਅਤੇ ਆਪਾਂ ਜਿਹੜੀ ਮੈਂ ਲਈ ਆ ਉਹ ਦਿਖਾਉਣੇ ਆ ਤੁਹਾਨੂੰ। ਆਹ ਮੈਂ ਲਈ ਆ ਆਪਾਂ ਹੈ ਨਾ ਅਤੇ ਆਹ ਇਹਦਾ ਕੱਟਾ 1 ਤਰੀਕ ਨੂੰ ਆਪਾਂ ਮੈਂ ਲਈ ਸੀ ਇਹ ਅਤੇ 2 ਤਰੀਕ ਨੂੰ ਸੂਪੀ ਸੀ। ਆਹ ਕੱਟਾ ਐਤ ਕਿ ਆਪਾਂ ਸਿੰਘਾਂ ਵੱਲ ਧਿਆਨ ਨਹੀਂ ਦਿੱਤਾ, ਇਕੱਲਾ ਮੈਸ ਵੱਲ ਹੀ ਧਿਆਨ ਦਿੱਤਾ ਹੈ ਵੀ ਸਿੰਘਾਂ ਨੂੰ ਛੱਡ ਕੇ ਚੰਗੀ ਮੈਂ ਲਿੱਤੀ ਜਾਵੇ ਹੈ ਨਾ। ਦੇਖ ਸਕਦੇ ਹੋ ਤੁਸੀਂ ਹੁਣ ਇਹਨੂੰ ਸੂਈ ਨੂੰ, ਅੱਜ ਤੁਸੀਂ ਆਪ ਹੀ ਹਿਸਾਬ ਲਾ ਲਓ 2 ਤਰੀਕ ਦੀ ਸੂਈ ਹੈ ਅਤੇ ਕਈ ਦਿਨ ਹੋ ਗਏ, ਮਤਲਬ 5ਵਾਂ ਕੁ ਦਿਨ ਹੈ ਨਾ, 4ਵਾਂ 5ਵਾਂ ਦਿਨ ਆ ਗਿਆ ਸੂਈ ਨੂੰ ਅਤੇ ਬਹੁਤ ਸ਼ਾਨਦਾਰ ਮਹਿੰਦ ਉੱਥੇ ਚੱਲ ਰਹੀ ਹੈ ਇਸ ਟਾਈਮ ਸਟਾਰਟਿੰਗ। ਅਤੇ ਗੱਲਬਾਤ ਐਂ ਆ ਵੀ ਕਿਉਂਕਿ ਵਿਚਦੀ ਥੋੜ੍ਹਾ ਜਿਹਾ ਮੈਂ ਬੁਖਾਰ ਫੜ ਗਈ ਸੀ, 104 ਬੁਖਾਰ ਹੋ ਗਿਆ ਸੀ ਇਹਨੂੰ ਅਤੇ ਪ੍ਰੋਬਲਮ ਆ ਜਾਂਦੀ ਹੈ ਨਾ ਗਰਮੀ 'ਚ ਤੁਹਾਨੂੰ ਪਤਾ ਹੀ ਹੈ। ਅਤੇ ਤੁਹਾਨੂੰ ਕਿਹਾ ਸੀ ਵੀ ਜੇ ਮੈਂ ਲਈ ਆਪਾਂ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ, ਫਿਰ ਦੇਖਾਂਗੇ ਅੱਗੇ ਦੀ ਰਿਪੋਰਟ ਕੀ ਬਣਦੀ ਹੈ, ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ। ਅਤੇ ਤਾਂਹੀਓ ਮੈਂ ਵੀਡੀਓ ਪਾ ਰਿਹਾ, ਕਈ ਦਿਨ ਹੋ ਗਏ ਵੀਡੀਓ ਆਪਾਂ ਪਾਈ ਨਹੀਂ ਸੀ। ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ, ਉੱਤੋਂ ਕਦੇ ਮੀਂਹ ਮੂੰਹ ਆ ਜਾਂਦਾ, ਕੱਲ੍ਹ ਬਹੁਤ ਮੀਂਹ ਪਿਆ ਮੌੜ ਮੰਡੀ ਦੇ ਵਿੱਚ ਅਤੇ ਤਾਂ ਕਰਕੇ ਥੋੜ੍ਹਾ ਜਿਹਾ ਉਲਝੇ ਰਹਿੰਦੇ ਹਾਂ, ਕਈ ਵਾਰ ਖੇਤ ਵਗੈਰਾ ਵਗ ਜਾਂਦੇ ਹਾਂ। ਅਤੇ ਹੁਣ ਮੈਨੂੰ ਟਾਈਮ ਲੱਗਿਆ ਥੋੜ੍ਹਾ ਜਿਹਾ ਸੰਨੀ ਤੋਂ ਪਹਿਲਾਂ ਅਤੇ ਤਾਂ ਤੁਹਾਡੇ ਲਈ ਵੀਡੀਓ ਦੇਖਣ ਵਾਲਿਆਂ ਨਹੀਂ ਬਣਾ ਕੇ ਪਾ ਰਿਹਾ। ਅਤੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਅਤੇ ਜਿਹੜਾ ਕੋਈ ਨਵਾਂ ਭਰਾ ਆਪਣੀ ਵੀਡੀਓ ਨੂੰ ਦੇਖੋ ਨਾ ਫੇਸਬੁੱਕ 'ਤੇ ਫੋਲੋ ਜ਼ਰੂਰ ਕਰ ਲਓ, ਕਿਉਂਕਿ ਹੋਰ ਵੀ ਜਾਂ ਤੁਸੀਂ ਕਈ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਨਾ, ਉਹਨਾਂ ਨੂੰ ਸ਼ੇਅਰ ਵੀ ਕਰਦੇ ਰਹਿੰਦੇ ਹੋ। ਬਕਵਾਸ ਵੀਡੀਓ ਬਹੁਤ ਚੱਲਦੀਆਂ ਨੇ ਹੈ ਨਾ, ਤੁਹਾਨੂੰ ਪਤਾ ਹੀ ਹੈ। ਅਤੇ ਆਪਾਂ ਇੱਦਾਂ ਦਾ ਕੁਛ ਨਹੀਂ ਕਰਦੇ, ਇੱਕ ਦਿਨ ਬੱਸ 'ਚ ਬੈਠਾ ਸੀ, ਮੈਂ ਲੜਾਈ ਹੋ ਗਈ ਸੀ ਡਰਾਈਵਰਾਂ ਦੀ ਅਤੇ ਆਪਾਂ ਇਹੋ ਜਿਹੀ ਵੀਡੀਓ ਨਹੀਂ ਬਣਾਉਂਦੇ ਹੈਗੇ ਨੇ, ਤੁਹਾਨੂੰ ਪਤਾ ਇਹੋ ਜਿਹੀ ਵੀਡੀਓ ਹੈ ਨਾ ਚੱਲਦੀ, ਵੀ ਆਪਾਂ ਕੰਮ ਦੀ ਵੀਡੀਓ ਪਾਉਂਦੇ ਹਾਂਗੇ, ਬੇਫਾਲਤੂ ਵੀਡੀਓ ਬਣਾਉਣ 'ਚ ਆਪਾਂ ਵਿਸ਼ਵਾਸ ਨਹੀਂ ਰੱਖਦੇ, ਨਹੀਂ ਲਾਕਾ ਤੁਕਾ ਹੋਰ ਬਹੁਤ ਅਸਮਾਨਾ ਵੀਡੀਓ ਬਣਾਉਣ ਖਾਤਰ, ਅਤੇ ਆਪਾਂ ਉਹ ਜਿਹੇ ਕਿਸੇ ਦੀ ਵੀਡੀਓ ਨਹੀਂ ਬਣਾਉਂਦੇ। ਧੰਨਵਾਦ ਸਾਰਿਆਂ ਦਾ।